ਹਾਂਜੀ ਸਰ, ਜਿਹੜੀ ਅੱਗ ਲੱਗੀ ਹੈ ਗੱਤਾ ਗੋਦਾਮ ਦੇ ਵਿੱਚ, ਇਹ ਅੱਗ ਲੱਗਣ ਦਾ ਕੀ ਕਾਰਨ ਕੁਛ ਪਤਾ ਲੱਗਾ ਜੀ? ਮੇਰਾ ਨਾਮ ਬੰਟੀ ਹੈ ਜੀ, ਮੈਂ 10 ਨੰਬਰ ਗਲੀ ਦੇ ਵਿੱਚ ਰਹਿੰਦਾ। ਇੱਥੇ ਮੇਰਾ ਗੋਦਾਮ, ਥੱਲੇ ਗੋਦਾਮ ਆ, ਉੱਪਰ ਘਰ ਆ, ਨਾਲ ਵਿੱਚ ਹੋ ਗਈ ਸਰ। ਰਾਤੀ ਲਾਈਟ ਜਾਣ ਤੋਂ ਬਾਅਦ 1:30-2 ਵਜੇ ਦੇ ਕਰੀਬ ਕਰੀਬ ਕਿਸੇ ਨੇ ਸ਼ਰਾਰਤ ਕੀਤੀ ਹੈ ਅਤੇ ਅੰਦਰ ਗੇਟ ਦੇ ਅੱਗੋਂ ਅੱਗ ਸੁੱਟੀ ਗਈ ਅੰਦਰ, ਜਾਂ ਜਿਸ ਤਰ੍ਹਾਂ ਵੀ ਸੁੱਟਿਆ ਗਿਆ ਕੁਛ। ਉਸਦੇ ਨਾਲ ਮੇਰੇ ਅੰਦਰ ਗੋਦਾਮ ਸਾਰਾ ਸਮਾਨ, ਮਾਲ ਜਾਨ ਜਿੰਨਾ ਮਾਲ ਸੀ ਗੱਤਾ, ਸਾਰਾ ਸੜ ਗਿਆ। ਮੇਰੀ ਗੱਡੀ ਸੀ ਜੀਪ ਕੰਪਾਸ, ਉਹ ਵੀ ਸੜ ਗਈ। ਐਕਟਿਵਾ ਸੀ, ਮੋਟਰਸਾਈਕਲ ਸੀਗਾ, ਇੱਕ ਮੇਰੀ ਮਸ਼ੀਨ ਹਾਈਡ੍ਰੋਲਿਕ ਲੱਗੀ ਸੀ ਪ੍ਰੈਸਿੰਗ ਵਾਲੀ, ਸਭ ਕੁਛ ਸੜ ਕੇ ਸੁਆਹ ਹੋ ਗਿਆ ਸਰ। ਔਫਿਸ ਸੀ, ਔਫਿਸ ਵੀ ਸਾਰਾ ਸੜ ਗਿਆ। ਇਹਨਾਂ ਵਿੱਚ ਗੋਡਾਊਨ ਦੇ ਅੰਦਰ ਮਾਲ ਸੀਗਾ, ਜੀਰੋ ਹੋ ਗਿਆ ਮਾਲ। ਕੋਈ ਏਸੀ ਸੀ, ਜੋ ਨਹੀਂ, ਸਾਰਾ ਕੁਛ, ਜੋ ਇਲੈਕਟ੍ਰੋਨਿਕਸ ਸੀ, ਸਾਰਾ ਕੁਛ A to Z ਸੜ ਗਿਆ ਸਰ। ਤਕਰੀਬਨ ਕਿੰਨਾ ਕੁ ਨੁਕਸਾਨ ਹੋ ਚੁੱਕਾ ਜੀ? ਸਰ ਲੱਖਾਂ 'ਚ ਨੁਕਸਾਨ ਆ। ਬਿਲਡਿੰਗ ਦੇ ਬਾਰੇ ਕੋਈ ਨਹੀਂ ਪਤਾ, ਬਿਲਡਿੰਗ ਦਾ ਵੀ ਕਿੰਨਾ ਨੁਕਸਾਨ ਹੋ ਚੁੱਕਾ। ਸਰ ਪੁਲਿਸ ਅਧਿਕਾਰੀ ਕੋਈ ਆਇਆ ਜੀ? ਨਹੀਂ, ਕੋਈ ਨਹੀਂ ਆਇਆ। ਸਰ ਅੱਗ ਕਦੋਂ ਲੱਗੀ ਸੀ? ਕਿੰਨੀ ਦੇਰ? 2-2.5 ਵਜੇ ਕਰੀਬ ਕਰੀਬ ਲੱਗੀ, ਜਦੋਂ ਲਾਈਟ ਗਈ ਉਸ ਦੌਰਾਨ। ਅੱਗ ਲੱਗੀ ਹੈ, ਸਕ੍ਰੈਪ ਦੇ ਗਰਾਊਂਡ ਨੂੰ ਸਲਾਹ ਮਿਲੀ ਹੈ। ਅਸੀਂ ਫੌਰਨ ਗੱਡੀਆਂ ਲੈ ਕੇ ਇੱਥੇ ਆ ਗਏ ਹਾਂ। ਅੱਗ ਲਿਆਉਣੀ ਸ਼ੁਰੂ ਕਰਤੀ ਹੈ, ਅੱਗ ਕੰਟਰੋਲ ਹੈ, ਕੋਈ ਗੱਲ ਨਹੀਂ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇੱਕ ਕਾਰ, ਇੱਕ ਮੋਟਰਸਾਈਕਲ ਸੜ ਗਿਆ, ਸਕ੍ਰੈਪ ਸੜ ਗਿਆ। ਕਿੰਨੀਆਂ ਗੱਡੀਆਂ ਲੱਗੀਆਂ? ਘੱਟ ਤੋਂ ਘੱਟ 50 ਗੱਡੀਆਂ।